viewers welcome back ਹਾਂ ਡਾਕਟਰ ਸਾਹਿਬ ਸਾਡੀ ਅਗਲੀ ਟਿੱਪਣੀ ਹੈ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਵ ਵਿਭਾਗ ਦੇ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਸਜ਼ਾ ਬਾਰੇ ਸਹੀ ਤੱਥ ਪੇਸ਼ ਕੀਤੇ ਕੀਤੇ ਹਨ ਪੇਸ਼ ਕੀਤੇ ਨਹੀਂ ਹਨ ਸੌਰੀ ਹਾਂਜੀ ਇਹਨਾਂ ਦੀ ਇਹ ਸਟੇਟਮੈਂਟ ਮੀਡੀਆ 'ਚ ਲੱਗੀ ਹੈ ਕਿ ਜਿਹੜੀ ਪ੍ਰੋਫੈਸਰ ਭੁੱਲਰ ਦੀ ਫਾਂਸੀ ਬਾਰੇ ਸਹੀ ਤੱਥ ਪੇਸ਼ ਨਹੀਂ ਕੀਤੇ ਗਏ ਜੀ ਸੋ ਮੈਂ ਵੀ ਜਦੋਂ ਹੈਡਿੰਗ ਦੇਖਿਆ ਤਾਂ ਮੈਂ ਕਿਹਾ ਵੀ ਸ਼ਾਇਦ ਉਹਨਾਂ ਦੇ ਕੋਈ ਵਕੀਲਾਂ ਦੀ ਗੱਲ ਕਰ ਰਹੇ ਨੇ ਕਿ ਜੀ ਵਕੀਲਾਂ ਨੇ ਤਾਥਰੀ ਪੇਸ਼ ਕੀਤੇ ਪਰ ਕੁੱਲ ਮਿਲਾ ਕੇ ਇਹ ਬਿਆਨ ਮਜੀਠੀਆ ਦਾ ਹੋਛਪੋਚ ਹੈ ਜੀ ਤੇ ਜਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਇਹ ਮਜੀਠੀਆ ਸ਼ਾਇਦ ਆਪਣੀ ਸਰਕਾਰ ਜਾਂ ਆਪਣੀ ਜੀ ਇਸ ਪ੍ਰਾਈਵੇਟ ਕੰਪਨੀ ਪੰਜਾਬ ਗਵਰਨਮੈਂਟ ਨੂੰ ਇਹ ਰਨ ਕਰ ਰਹੇ ਨੇ ਜੀ ਉਹਨਾਂ ਦਾ ਕੀ ਵਰਤਾਰ ਹੈ ਉਹਨਾਂ ਨੇ ਤਾਂ ਸਹੀਤ ਹੱਥ ਨਹੀਂ ਪੇਸ਼ ਕੀਤੇ ਜਾਂ ਸੁਪਰੀਮ ਕੋਰਟ ਦੀ ਆਪਣੀ ਇੱਕ ਹਿੰਦੂਤਵੀ ਬਿਰਤੀ ਹੈ ਜੀ ਪਰ ਜਿਵੇਂ ਅਸੀਂ ਕੱਲ ਕਿਹਾ ਸੀ ਕਿ ਜੇ ਪ੍ਰੋਫੈਸਰ ਪੁੱਲਰ ਨੇ ਬੇਨਤੀ ਕੀਤੀ ਕਿ ਉਹ ਅੰਮ੍ਰਿਤਸਰ ਸ਼ਹਿਰ ਦੀ ਜੇਲ ਚੋਣਾ ਚਾਹੁੰਦੇ ਨੇ ਤਾਂ ਕਿ ਆਪਣੇ ਘਰ ਦੇ ਵੀ ਨੇੜੇ ਹੋਣ ਔਰ ਗੁਰੂ ਕੀ ਨਗਰੀ ਚ ਆਪਣੇ ਆਖੀਲੇ ਦਿਨ گزار ਸਕਣ ਜੀ ਤੇ ਪੰਜਾਬ ਸਰਕਾਰ ਨੇ ਜਵਾਬ ਜਿਹੜਾ ਦਿੱਲੀ ਅਥਾਰਟिटीज ਨੂੰ ਇਹ ਦਿੱਤਾ ਕਿ ਵੀ ਪ੍ਰੋਫੈਸਰ ਪੁੱਲਰ ਇੱਕ ਖਤਰਨਾਕ ਆਤਵਾਦੀ ਹੈ ਜੀ ਔਰ ਜੇ ਅਮਰitsar ਸ਼ਹਿਰ ਚਾਏਗਾ ਤੇ ਅਮਨ ਕਾਨੂੰਨ ਨੂੰ ਖਤਰਾ ਹੋਏਗਾ ਇਸ ਲਈ ਅਸੀਂ ਇਸ ਗੱਲ ਦੀ ਆਗਿਆ ਨਹੀਂ ਦਿੰਦੇ ਕਿ ਉਹਨਾਂ ਨੂੰ ਤੁਸੀਂ ਇੱਥੇ ਸ਼ਿਫਟ ਕਰੋ ਜੀ ਹੁਣ ਵੀ ਜੇ ਇਹ ਮਾੜੇ ਮੋٹے ਬਜਾਏ ਕਿ ਇਹਨਾਂ ਦੀਆਂ ਡਰਾਮੇਬਾਜ਼ੀਆਂ ਦੇ ਜੇ ਪੰਜਾਬ ਗਵਰਨਮੈਂਟ ਸੈਂਟਰ ਨੂੰ ਕਹੇ ਕਿ ਜੀ ਇਹ ਮਾਨਸਿਕ ਤੌਰ ਤੇ ਬਿਮਾਰ ਹੈ ਜੀ ਅਸੀਂ ਪੰਜਾਬ ਸਰਕਾਰ ਦੇ ਲੈਵਲ ਤੇ ਇਸ ਨੂੰ ਪੰਜਾਬ ਸ਼ਿਫਟ ਕਰਨਾ ਚਾਹੁੰਦੇ ਹਾਂ ਤਾਂ ਕਿ ਉਸ ਦੇ ਲਈ ਜਿਹੜਾ ਹੈਗਾ ਅਸੀਂ ਟ੍ਰੀਟਮੈਂਟ ਵੀ ਔਰ ਜਿਹੜਾ ਹੈ ਉਹਨਾਂ ਦੇ ਲਈ ਸੁਖਾਵਾਂ ਮਾਹੌਲ ਹੋਏਗਾ ਜੀ ਉਹ ਆਪਣੇ ਪਰਿਵਾਰ ਦੇ ਜੀਆਂ ਨੂੰ ਵੀ ਮਿਲ ਸਕਦੇ ਨੇ ਔਰ ਇੱਕ ਵਾਰ ਜੇ ਪੰਜਾਬ ਸਰਕਾਰ ਜੇ ਅੱਜ ਪ੍ਰੋਫੈਸਰ ਪੁੱਲਰ ਅੰਮ੍ਰਿਤਸਰ ਦੀ ਜੇਲ੍ਹ 'ਚ ਹੁੰਦੇ ਸੁਪਰੀਮ ਕੋਰਟ ਜੋ ਮਰਜੀ ਫੈਸਲਾ ਸੁਣਾਉਂਦਾ ਜੇ ਪੰਜਾਬ ਸਰਕਾਰ ਚਾਹੁੰਦੀ ਕਿਉਂਕਿ ਲਾ ਐਂਡ ਆਰਡਰ ਸਟੇਟ ਦੀ ਗੱਲ ਹੈ ਉਹ ਇਥੋਂ ਫਿਰ ਨਹੀਂ ਸੀ ਲਿਜਾ ਸਕਦੇ ਇਦਾਂ ਜੇਲ੍ਹ ਟਰਾਂਸਫਰ ਨਹੀਂ ਹੁੰਦੀ ਜਿਵੇਂ ਭਾਈ ਰਾਜੋਆਣਾ ਦੇ ਮਾਮਲੇ 'ਚ ਕਿਉਂਕਿ ਉਹ ਪਟਿਆਲਾ ਜੇਲ੍ਹ 'ਚ ਸਨ ਦੋ ਵਾਰ ਬਲੈਕ ਵਾਰੰਟ ਜਾਰੀ ਹੋਏ ਬੇਸ਼ੱਕ ਮੈਜਿਸਟ੍ਰੇਟ ਨੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਸ hẳn ਕਰਾ ਕੇ ਅਦਾਲਤ ਦੇ ਵਿੱਚ ਖੜਾ ਕਰਵਾ ਦਿੱਤਾ ਪਰ ਦੋਨੋਂ ਵਾਰ ਪਟਿਆਲਾ ਜੇਲ੍ਹ ਵਾਲੇ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਜੀ ਨਹੀਂ ਅਸੀਂ ਇਹਨੂੰ ਫਾਂਸੀ ਨਹੀਂ ਦੇ ਸਕਦੇ ਸੋ ਇਹੀ ਸਿਚੁਏਸ਼ਨ ਹੋਰ ਇਸ ਮਾਮਲੇ 'ਚ ਜੇ ਇਦਾਂ ਦਾ ਇਸ਼ੂ ਕੋਈ ਬਣ ਜਾਏ ਤਾਂ ਕਦੇ ਵੀ ਦਿੱਲੀ ਸਰਕਾਰ ਟਕਰਾ ਨਹੀਂ ਚਾਹੇਗੀ ਕਿ ਸਿੱਖਾਂ ਦੇ ਨਾਲ ਜੇ ਪੰਜਾਬ ਗਵਰਨਮੈਂਟ ਸਿੱਖਾਂ ਦੇ ਹੱਕਾਂ ਦੇ ਨਾਲ ਖਲੋਤੀ ਦੇ ਨਾਲ ਖਲੋਤੀ ਹੋਏ ਕਿ ਉਹ ਕੋਈ ਟਕਰਾ ਹੋ ਸਕੇ ਸੋ ਇਹ ਮਜੀਠਿਆ ਹੋਏ ਸੁਖਵੀਰ ਬਾਦਲ ਹੋਏ ਪ੍ਰਕਾਸ਼ ਬਾਦਲ ਹੋਏ ਸਭ ਡਰਾਮੇ ਬਾਜ਼ੀਆਂ ਕਰਦੇ ਨੇ ਜੀ ਆਪ ਇਹ ਨਾਲ ਰਲੇ ਹੋਏ ਨੇ ਪ੍ਰੋਫੈਸਰ ਪੁੱਲਰ ਦੇ ਪਿਤਾ ਔਰ ਮਾਸੜ ਦੇ ਕਾਤਲ ਸੁਮੇਦ ਸੈਣੀ ਨੂੰ ਇਹਨਾਂ ਨੇ ਡੀਜੀਪੀ ਪੁਲਿਸ पण ਆਇਆ ਉਹਨੂੰ ਪ੍ਰੋਟੈਕਸ਼ਨ ਦਿੱਤੀ ਹੈ ਇਹਨਾਂ ਦੋਨਾਂ ਦੇ ਕਤਲ ਦੇ ਕੇਸ 'ਚ ਹੀ ਉਹ ਸੀਬੀਆਈ ਨੇ ਚਾਰਜ ਕਰ ਦਿੱਤਾ ਸੀ ਪੰਜਾਬ ਗਵਰਨਮੈਂਟ ਨੇ ਸੁਪਰੀਮ ਕੋਰਟ 'ਚ ਐਫੀਡੇਵਿਟ ਦਿੱਤਾ ਹੈ ਕਿ ਸੁਮੇਦ ਸੈਣੀ ਬੜਾ ਇਮਾਨਦਾਰ ਪੁਲਿਸ ਅਫਸਰ ਹੈ ਇਹਨੇ ਤਾਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਅਤਵਾਦ ਦੇ ਖਿਲਾਫ ਲੜਾਈ ਤੇ ਭੁੱਲਰ ਜਿਹੜਾ ਖੁੰਖਾ ਰੱਤਵਾਦੀ ਸੋ ਇਹ ਮਜੀਠੀਆ ਜਾਂ ਸੁਖਬੀਰ ਜਾਂ ਇਹ ਕੋੜਮਾ ਇਹ ਕਿਹਨੂੰ ਉल्लू ਬਣਾ ਰਹੇ ਨੇ ਜਾਂ ਕਿਹਦੇ ਨਾਲ ਕਿਹਨੂੰ ਇਹ ਇਦਾਂ ਦੇ ਬਿਆਨਬਾਜ਼ੀਆਂ ਨਾਲ ਜਸਟੀਫਾਈ ਕਰ ਰਹੇ ਨੇ ਠੀਕ ਹੈ ਤੱਥਾਂ ਨੂੰ ਜਾਂ ਸੁਪਰੀਮ ਕੋਰਟ ਨੇ ਜੋ ਕੀਤਾ ਉਹਨਾਂ ਦਾ ਹੀ ਆਪਣੀ ਹਿੰਦੂਤ ਵੀ ਬਿਰਤੀ ਹੈ ਪਰ ਇਹ ਜਿਹੜੇ ਨੇ ਇਹ ਵੀ ਕਾਤਲਾਂ ਦੇ ਸਾਥੀ ਨੇ ਔਰ ਜੋ ਕੁਝ ਹੋਇਆ ਹੋ ਰਿਹਾ ਹੈ ਏਜੰਸੀਆਂ ਵੱਲੋਂ ਉਹ ਇਹਨਾਂ ਦੀ ਮਰਜ਼ੀ ਦੇ ਨਾਲ ਹੋ ਰਿਹਾ ਹੈ ਇਹ ਪਾਰਟੀ ਨੇ ਇਹ ਸਾਰੇ ਦੇ ਜੀ ਜੀ ਡਾਕਟਰ ਸਾਹਿਬ ਪੰਜਾਬ 'ਚ ਸ਼ਾਂਤੀ ਕਾਇਮ ਰੱਖਣ ਲਈ ਪ੍ਰੋਫੈਸਰ ਪੁੱਲਰ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲੀ ਜਾਵੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਫੌਰਨ ਦਖਲ ਦੇਣ ਦੀ ਮੰਗ ਕੀਤੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕੱਲ ਦੀ ਮੀਡੀਆ ਖ਼ਬਰ ਹੀ ਇਹ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਔਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਮਿਲੇ ਨੇ ਜੀ ਔਰ ਏਜੰਸੀਆਂ ਨੇ ਹਾਲਾਂਕਿ ਬਹੁਤ ਸਾਰੀਆਂ ਖਬਰਾਂ ਮੀਡੀਆ ਗਾਇਬ ਕਰ ਦਿੰਦਾ ਬਟ ਜੀ ਏਜੰਸੀਆਂ ਨੇ ਬੜਾ ਇਸ ਕਾਰ ਨੂੰ ਯਕੀਨੀ ਬਣਾਇਆ ਕਿ ਬਾਦਲ ਪਿਓ ਪੁੱਤਰ ਦੀ ਮਨਮੋਨ ਸਿੰਘ ਨਾਲ ਬੈਠਿਆਂ ਦੀ ਫੋਟੋ ਜਿਹੜੀ ਹੈ ਉਹ ਸਾਰੇ ਮੀਡੀਆ ਚ ਲੱਗੇ ਟੀਵੀ ਤੇ ਵੀ ਫਲੈਸ਼ ਹੋਈ ਇਲੈਕਟ੍ਰੋਨਿਕ ਮੀਡੀਆ ਚ ਦੂਸਰੇ ਚ ਵੀ ਹੋਈ ਜੀ ਔਰ ਉਹਨਾਂ ਨੇ ਜਿਹੜਾ ਆਰਗੂਮੈਂਟ ਦਿੱਤਾ ਜਿਹੜਾ ਕਿ ਮੀਡੀਆ ਨੇ ਕਿਹਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਬੜੀ ਮੁਸ਼ਕਲ ਦੇ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਲਿਆਂਦੀ ਹੈ ਜੀ اور ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਹੈ ਅਮਨ ਸ਼ਾਂਤੀ ਨੂੰ ਖਤਰਾ ਪੈਦਾ ਹੋ ਸਕਦਾ ਜਿਵੇਂ ਮੈਂ ਪਹਿਲੇ ਮੁੱਦੇ ਤੇ ਟਿੱਪਣੀ ਕੀਤੀ ਹੈ ਇਹ ਵੀ ਉਸ ਗੱਲ ਦੀ ਲਗਾਤਾਰਤਾ ਹੈ ਜੀ ਕਿ ਇੱਕ ਪਾਸੇ ਮਜੀਠੀਏ ਵਰਗੇ ਬਾਹਰੋਂ ਬਿਆਨਬਾਜ਼ੀ ਕਰ ਰਹੇ ਨੇ ਬਾਦਲ ਪਿਓ ਪੁੱਤਰ ਜਿਹੜੇ ਨੇ ਹੁਣ ਅੱਜ ਵੀ ਮੇਰੀ ਆਸਟ੍ਰੇਲੀਆ ਚ ਕਿਸੇ ਵੀਰ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਜਾਨਣਾ ਚਾਹਿਆ ਕਿ ਜੀ ਕੀ ਹੋਇਆਗਾ ਮੈਂ ਕਿਹਾ ਜੀ ਏਜੰਸੀਆਂ ਦੀ ਖੇਡ ਔਰ ਬਾਦਲ ਨੂੰ ਕਿਸੇ ਹਾਲਤ ਵਿੱਚ ਜੇ ਫਾਂਸੀ ਦੇ ਦਿੱਤੀ ਜਾਂਦੀ ਹੈ ਜੀ ਫਿਰ ਵੀ ਬਾਦਲ ਨੂੰ ਜਤਾਇਆ ਜਾਏਗਾ ਏਜੰਸੀਆਂ ਵੱਲੋਂ ਜੀ ਕਿਉਂਕਿ ਉਹ ਕਹੇਗਾ ਜੀ ਦੇਖੋ ਕਾਂਗਰਸ ਨੇ ਤਾਂ ਸਾਨੂੰ ਇਨਸਾਫ ਨਹੀਂ ਦਿੱਤਾ ਸਾਡੇ ਨੌਜਵਾਨਾਂ ਨੂੰ ਫਾਂਸੀ ਦਿੱਤੀ ਜੀ ਤੇ ਜੇ ਸਰਕਾਰ ਇਸ ਆਗੂਤਾਬ ਜਿਆ ਲਾ ਕੇ ਕਿ ਇੱਕ ਮੈਂਟਲੀ ਸਿਕ ਬੰਦਾ ਹੈ ਉਹਦੇ ਉਸ ਜੇ ਪੰਜਾਬ ਦੇ ਵਿੱਚ ਖਾਲਸਤਾਨ ਦੀ ਮੂਵਮੈਂਟ ਦੁਬਾਰਾ ਖੜੀ ਹੁੰਦੀ ਹੈ ਚਲੋ ਹਾਲ ਦੀ ਘੜੀ ਟਾਲ ਦਿਓ ਫਿਰ ਦੇਖਿਆ ਜਾਏਗਾ ਉਹਨੂੰ ਕਿਹੜਾ ਰਿਲੀਜ਼ ਕਰ ਦੇਣਾ ਕਿਸੇ ਵੇਲੇ ਫਿਰ ਚੁੱਪਚਾਪੀ ਤੇ ਲਾ ਦੇਾਂਗੇ ਜੀ ਤੇ ਇਹ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਦੀ ਲਾਈਨ ਹੋਏਗੀ ਜੀ ਦੇਖੋ ਗਏ ਸੀ ਦਿੱਲੀ ਪਿਓ ਪੁੱਤਰ ਗਏ ਸੀ ਜੀ ਫਾਂਸੀ ਰੁਕਵਾ ਕੇ ਆਏ ਨੇ ਮਜਾ ਲ ਹੈ ਕਿ ਵੀ ਕੋਈ ਫਾਂਸੀ ਦੇ ਸਕੇ ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਵਾਰੀ ਕਾਮਨ ਬੰਦੇ ਮੀਡੀਆ ਦੀਆਂ ਖਬਰਾਂ ਨਾਲ ਜੁੜੇ ਹੁੰਦੇ ਨੇ ਬਿਹਾਈਂਡ ਗੇਮ ਕੀ ਚੱਲ ਰਹੀ ਹੈ ਜੇ ਸੱਚਮੁੱਚ ਹੀ ਸਰਕਾਰ ਨੇ ਰਾਹਤ ਦੇਣੀ ਸੀ ਸੈਂਟਰ ਗਵਰਨਮੈਂਟ ਨੇ ਜਾਂ ਇਹ ਵੀ ਆਇਆ ਜੀ ਮਨਮੋਹਨ ਸਿੰਘ ਨੇ ਕਿਹਾ ਜੀ ਹਾਂ ਅਸੀਂ ਜ਼ਰੂਰ ਵਿਚਾਰ ਕਰਾਂਗੇ ਫਿਰ ਇਹ ਆਇਆ ਜੀ ਹੋ ਸਕਦਾ ਇੱਕ ਮੈਡੀਕਲ ਬੋਰਡ ਬਣਾ ਦੇ ਸੈਂਟਰ ਕਿ ਉਹ ਜਾ ਕੇ ਐਗਜ਼ਾਮਨ ਕਰੇ ਉਹਨੂੰ ਜਾਂ ਦੂਜਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 2005 ਦੇ ਵਿੱਚ ਰਾਸ਼ਟਰਪਤੀ ਨੇ ਹੋਮ ਮਿਨਿਸਟਰ ਨੂੰ ਫਾਈਲ ਭੇਜੀ ਕਿ ਆ ਮਰਸੀ ਪਟੀਸ਼ਨਸ ਜਾਂ ਪਟੀਸ਼ਨਸ ਆਈਆਂ ਨੇ ਦੁਨੀਆ ਪਰਚੋਂ ਯੂਰਪੀਅਨ ਯੂਨੀਅਨ ਦੀ ਆਈਏ ਐਮਪੀ ਕਿਲਗੋਰ ਦੀ ਆਈਏ ਸਮਰਨਜੀਤ ਸਿੰਘ ਮਾਨ ਦੀ ਆਈਏ ਜੀ ਜਸਟਿਸ ਅਜੀਤ ਸਿੰਘ ਬੈਸ ਦੀ ਆਈਏ ਜੀ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਦੀ ਆਈਏ ਔਰ ਯੂਰਪੀਅਨ ਯੂਨੀਅਨ ਦੇ ਜਰਮਨ ਔਰ ਇਟਲੀ ਔਰ ਇਨ ਐ Holland ਵਾਲਿਆਂ ਦੀ ਆਈਏ ਜੀ ਔਰ ਇਹਦੇ ਜਵਾਬ ਚ ਔਰ ਕਵੀ ਦੇ ਤੇ ਸਾਨੂੰ opinion ਦਿਓ ਕਿਉਂਕਿ ਇਹ ਸਾਰੀਆਂ ਡਾਇਰੈਕਟ ਪ੍ਰੈਜ਼ੀਡੈਂਟ ਨੂੰ ਗਈਆਂ ਸੀ ਜੀ ਐਮਨੈਸਟੀ ਇੰਟਰਨੈਸ਼ਨਲ ਦੀ ਆਈਏ ਜੀ ਸੋ ਉਹਦੇ ਜਵਾਬ ਚ ਗਵਰਨਮੈਂਟ ਨੇ ਫੇਰ ਪ੍ਰੈਜ਼ੀਡੈਂਟ ਨੂੰ ਕਿਹਾ ਜੀ ਅਸੀਂ ਇਹਨਾਂ ਸਾਰਿਆਂ ਤੇ ਵਿਚਾਰੇ ਪਰ ਅਸੀਂ ਸਮਝਦੇ ਹਾਂ ਕਿ ਪ੍ਰੋਫੈਸਰ ਪੁੱਲਰ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਇਹ ਫਾਂਸੀ ਦੇਣ ਦੇ ਕਾਬਿਲ ਹੈ 2011 ਦੇ ਵਿੱਚ ਫਿਰ ਇਹੀ ਅਮਲ ਜੀ ਰਾਸ਼ਟਰਪਤੀ ਨੇ ਫਿਰ ਪੇ ਜੀ ਫਾਈਲ ਔਰ ਹੁਣ ਇਹ ਵੀ ਗੱਲ ਇੱਕ ਐਫ ਆਈ ਆ ਜਿਹਨੂੰ ਕਹਿੰਦੇ ਨੇ ਰਾਈਟ ਟੂ ਰਾਈਟ ਟੂ ਇਨਫੋਰਮੇਸ਼ਨ ਆਰਟੀਆਈ ਐਕਟ ਜੀ ਆਰਟੀਆਈ ਐਕਟ ਦੇ ਥੱਲੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਇਹ ਫਾਈਲ ਡਿਸਕਸ ਹੋਈ ਜਦੋਂ ਕਿ ਨਟਵਰ ਸਿੰਘ ਫੋਰਨ ਮਿਨਿਸਟਰ ਸੀ ਪਹਿਲੀ ਕੈਬਨਟ ਦੇ ਵੇਲੇ ਜੀ ਤੇ ਨਟਵਰ ਸਿੰਘ ਨੇ ਕਿਹਾ ਕਿ ਵੀ ਮੈਨੂੰ ਜਿਹੜਾ ਇਹ ਪਟੀਸ਼ਨਸ ਵੀ ਆਈਆਂ ਯੂਰਪੀਅਨ ਯੂਨੀਅਨ ਦੀ ਆਈ ਔਰ ਜਰਮਨ ਐਮਬੈਸਡਰ ਜਰਮਨ ਸਰਕਾਰ ਨੇ ਵੀ ਕਿਹਾ ਕਿਉਂਕਿ ਜਰਮਨ ਤੋਂ ਰਿਪੋਰਟ ਕੀਤਾ ਸੀ ਜੀ ਸੋ ਨਟਵਰ ਸਿੰਘ ਨੇ ਕਿਹਾ ਵੀ ਮੇਰਾ ਇਹ ਖਿਆਲ ਹੈ ਵੀ ਇਸ ਫਾਂਸੀ ਦੀ ਸਜ਼ਾ ਨੂੰ ਰੱਦ ਕਰਨਾ ਚਾਹੀਦਾ ਜੀ ਪਰ ਬਾਕੀਆਂ ਨੇ ਕਾਉਂਸਲ ਆਫ ਮਿਨਿਸਟਰਸ ਨੇ ਜਿਨਾ ਚ ਮਰਮੋਣ ਸਿੰਘ ਵੀ ਸ਼ਾਮਿਲ ਹੈ ਫਾਈਨਲੀ ਇਹ ਫੈਸਲਾ ਕੀਤਾ ਜੀ ਨਹੀਂ ਇਹ ਸਾਨੂੰ ਜਿਹੜੀ ਪੈਟੀਸ਼ਨ ਹੈ ਮੰਨਣੀ ਨਹੀਂ ਚਾਹੀਦੀ ਜੀ ਨਹੀਂ ਮੰਨਣੀਆਂ ਚਾਹੀਦੀਆਂ ਔਰ ਇਹਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੁਣ ਇਹੀ ਮਨਮੋਹਨ ਸਿੰਘ ਹੈ ਇਹਦੀ ਸ਼ਕਲ ਬਦਲ ਗਈ ਹੈ ਇਹਦੀ ਅਕਲ ਬਦਲ ਗਈ ਹੈ ਜਾਂ ਇਹ ਕੋਈ ਨਵਾਂ ਕਲੋਨਿੰਗ ਨਾਲ ਕੋਈ ਨਵਾਂ ਮਨਮੋਹਨ ਸਿੰਘ ਨਿਕਲ ਆਇਆ ਹੈ ਜੇ 2004 2011 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਵਾਪਸ ਭੇਜ ਰਿਹਾ ਗਵਰਨਮੈਂਟ ਕੋਲ ਜੇ ਮਾੜਾ ਮੋਟਾ ਵੀ ਨਜ ਹੁੰਦਾ ਵੀ ਰਾਤ ਦੇਣੀ ਹੈ ਜੀ ਤੇ ਸੈਂਟਰ ਗਵਰਨਮੈਂਟ ਲਈ ਉਹ ਵਕਤ ਬੜਾ ਸੌਖਾ ਸੀ ਔਰ ਖਾਸ ਤੌਰ ਤੇ ਮੈਡੀਕਲ ਗਰਾਊਂਡ ਦੇ ਉੱਤੇ ਜੇ ਤੁਸੀਂ ਵੈਸੇ ਸਮਝਦੇ ਹੋ ਕਿ ਜੀ ਪੋਲੀਟੀਕਲੀ ਡੈਮੇਜ ਹੋਏਗਾ ਕਿ ਜੀ ਫਲਾਣੇ ਨੂੰ ਕਿਉਂ ਦੇ ਦਿੱਤੀ ਅਫਜ਼ਲ ਗੁਰੂ ਨੂੰ ਕਿਉਂ ਦੇ ਦਿੱਤੀ ਔਰ ਇਹਨੂੰ ਕਿਉਂ ਨਹੀਂ ਦੇਣੀ ਜੀ ਲੇਕਿਨ ਪੁੱਲਰ ਤਾਂ ਪਿਛਲੇ 2.5 ਸਾਲ ਤੋਂ ਜਿਹੜਾ ਮੈਡੀਕਲ ਇੰਸਟੀਚਿਊਟ ਦੇ ਵਿੱਚ ਹੈ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਔਰ ਡਾਕਟਰਾਂ ਦੀ ਸਰਟੀਫਿਕੇਸ਼ਨ ਹੈ ਕਿ ਉਹਦਾ ਜਿਹੜੀ ਬਿਮਾਰੀ ਹੈ ਡਿਪਰੈਸ਼ਨ ਤੋਂ ਅੱਗੇ ਜਾ ਕੇ ਹੋਰ ਬਹੁਤ ਸਾਰੇ ਸਿੰਪਟਮਸ ਡਿਵੈਲਪ ਹੋਏ ਨੇ ਜੀ ਸੋ ਇਹ ਬਾਦਲਕਿਆਂ ਦਾ ਡਰਾਮਾ ਹੈ ਏਜੰਸੀਆਂ ਦਾ ਡਰਾਮਾ ਹੈ ਔਰ ਜਿਸ ਤਰੀਕੇ ਨਾਲ ਇਸ ਮੀਟਿੰਗ ਨੂੰ ਹਾਈਲੀ ਪਬਲਿਸੀਜ਼ ਕੀਤਾ ਗਿਆ মিডিਆ ਵੱਲੋਂ ਇਸ ਤੋਂ ਇਹ ਲੱਗਦਾ ਵੀ ਅਲਟੀਮੇਟਲੀ ਜਿਵੇਂ ਭਾਈ ਰਾਜੋਆਣਾ ਦੇ ਕੇਸ 'ਚ ਭਾਵੇਂ ਸਾਰੀ ਕੌਮ ਦਾ ਐਫਰਟ ਸੀ ਲੇਕਿਨ ਅਲਟੀਮੇਟਲੀ ਇਹ ਪਿਆ ਬਾਦਲਾਂ ਦੇ ਖਾਤੇ 'ਚ ਹੀ ਇਹ ਵੀ ਦੋਨੋਂ ਤਰ੍ਹਾਂ ਹੀ ਹੈ ਜੇ ਇਹ ਪਾਣਾ ਵਾਪਰ ਜਾਂਦਾ ਹੈ ਜਾਂ ਰੁਕ ਜਾਂਦਾ ਹੈ ਇਹ ਅਲਟੀਮੇਟਲੀ ਬਾਦਲਾਂ ਨੂੰ ਹੀ ਪੰਜਾਬ 'ਚ ਇਹਨਾਂ ਨੇ ਬਿਲਡ ਕਰਕੇ ਰੱਖਣਾ ਹੈ ਕਿਉਂਕਿ ਇਹਨਾਂ ਤੋਂ ਵਧੀਆ ਇਹਨਾਂ ਨੂੰ ਕੋਈ ਹੋਰ ਸੂਟ ਨਹੀਂ ਕਰਦਾ ਜੀ ਡਾਕਟਰ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪ੍ਰੋਫੈਸਰ ਭੁੱਲਰ ਦੀ ਸਜ਼ਾ ਮਾਫੀ ਲਈ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ ਵੀ ਇੱਕ ਵੱਖਰੀ ਕਹਾਣੀ ਜਿਵੇਂ ਮੈਂ ਕਹਿੰਦਾ ਹੁਣਾ ਕਿ ਵੀ ਇੱਕ ਹਿੰਦੂਤਵਾਦੀ ਏਟੀਮ ਹੈ ਭਾਜੀਪੀ ਉਹਦਾ ਦਮ ਛੱਲੇ ਪ੍ਰਕਾਸ਼ ਸਿੰਘ ਬਾਦਲ ਦੂਜੀ ਕਾਂਗਰਸ ਹੈ ਇੱਕ ਉਹਨਾਂ ਦਾ ਦਮ ਛੱਲੇ ਜੀ ਹੁਣ ਇਹ ਵੀ ਬੜਾ ਦਾਵਾ ਕਰਦੇ ਰਹੇ ਨੇ ਸਰਨਾ ਸਾਹਿਬ ਕਿ ਜੀ ਅਸੀਂ ਸੋਨੀਆ ਗਾਂਧੀ ਤੱਕ ਸਾਡੀ ਪਹੁੰਚ ਹੈ, ਮਨਮੋਹਨ ਸਿੰਘ ਤੱਕ ਹੈ। 5 ਸਾਲ ਪਹਿਲਾਂ ਪੂਰੇ ਕਰ ਲਏ ਨੇ ਮਨਮੋਹਨ ਸਿੰਘ ਨੇ 2014 ਚ ਅਗਲੇ 5 ਸਾਲ ਪੂਰੇ ਹੋ ਜਾਣੇ ਨੇ ਜੀ ਦਿੱਲੀ ਕਮੇਟੀ ਦਾ ਕਾਂਗਰਸ ਤੇ ਬੜੀ ਨੇੜੇ ਸੀ ਜੀ ਫਿਰ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਫੈਸਰ ਪੁੱਲਰ ਦੇ ਵਕੀਲਾਂ ਦੇ ਲਈ ਵੀ ਖਰਚਾ ਦਿੱਤਾ ਹੈ ਲਾਸਟ ਵਕੀਲ ਜਿਹੜਾ ਕੇਟੀਐਸ ਤੁਲਸੀ ਹੈ ਇਹ ਦਿੱਲੀ ਕਮੇਟੀ ਨੇ ਹਾਇਰ ਕਰਕੇ ਦਿੱਤਾ ਸੀ ਉਸ ਤੋਂ ਪਹਿਲਾਂ ਵੀ ਮਦਦ ਕਰਦੇ ਰਹੇ ਨੇ ਜੀ ਉਹ ਇੱਕ ਕਾਨੂੰਨੀ ਲੜਾਈ ਦੇ ਵਿੱਚ ਤਾਂ ਚਲੋ ਉਹਨਾਂ ਨੇ ਆਪਣਾ ਜੋ ਯੋਗਦਾਨ ਪਾਇਆ ਪਰ ਇਹਨਾਂ ਦਾ ਪੋਲਿਟਿਕਲ ਕਲਾਊਡ ਕਿੱਥੇ ਹੈ ਜਿਸ ਕਾਂਗਰਸ ਦਾ ਝੰਡਾ ਇਹਨਾਂ ਨੇ ਚੁੱਕਿਆ ਹੋਇਆ ਹੈ ਉਹਨਾਂ ਦੇ ਖਾਨੇ 'ਚ ਸੋਨੀਆ ਗਾਂਧੀ ਦੇ ਜਾਂ ਮਰਮੋਣ ਸਿੰਘ ਦੇ ਇਹ ਇਹ ਗੱਲ ਨਹੀਂ ਪਾ ਸਕਿਆ ਹੈ ਕਿ ਭਾਈ ਇਹ ਇਹ ਜਿਹੜਾ ਇੱਕ ਇਨੋਸੈਂਟ ਬੰਦਾ ਹੈ ਇਹਦੀ ਇੱਕ ਜ਼ਿੰਦਗੀ ਸੀ ਕਿ ਜ਼ਿੰਦਗੀ ਹੈ ਇਹਦੀ ਜੀ ਔਰ ਤੁਸੀਂ ਇਸੇ ਕੌਮ ਦੇ ਨਾਲ ਪੰਗਾ ਲੈ ਰਹੇ ਹੋ ਵੀ ਸਿੱਖਾਂ ਨੇ ਤਾਂ ਇਹ ਮਾਫ ਨਾ ਜਲਿਆਂ ਵਾਲਾ ਬਾਗ ਮਾਫ ਕੀਤਾ ਇੰਦਰਾ ਗਾਂਧੀ ਦਾ ਹੀ ਹਸ਼ਰ ਸੋਨੀਆ ਨੂੰ ਦੱਸ ਦਿੰਦਾ ਵੀ ਤੇਰੀ ਸੱਸ ਦਾ ਹੀ ਆਪਣਾ ਦੇਖ ਲੈ ਕੀ ਹੋਇਆ ਵੀ ਤੁਸੀਂ ਮਤ ਸਿੱਖਾਂ ਦੀ ਜਿਹੜੀਆਂ ਸੈਂਟੀਮੈਂਟਸ ਨੇ ਉਹਨਾਂ ਦੇ ਨਾਲ ਖੇਲੋ ਪਰ ਇਹ ਅਲਟੀਮੇਟਲੀ ਸਾਰੇ ਧੁੰਮਚਲਿਆਂ ਦੀ ਇੱਕ ਆਪਣੀ ਸ਼੍ਰੇਣੀ ਹੁੰਦੀ ਹੈ ਹੁਣ ਵੀ ਉਹ ਗਏ ਹੈ ਰਾਸ਼ਟਰਪਤੀ ਉੱਤੇ ਹੈ ਨਹੀਂ ਸੀ ਕਿਸੇ ਸੈਕਟਰੀ ਨੂੰ ਆਪਣਾ ਮੈਮੋਰੈਂਡਮ ਦੇ ਆਏ ਤੇ ਨਾਲ ਹੀ ਆਸ ਜਿਤਾਈ ਹੈ ਕਿ ਜੀ ਉਹਨਾਂ ਦੀ ਜਿਹੜੀ ਹੈ ਹੋ ਜਾਏਗੀ ਸਜ਼ਾ ਰੱਦ ਫਾਂਸੀ ਦੀ ਹੁਣ ਤੁਹਾਡੀ ਕਿਹੜੀ ਆਸ ਹੈ ਜਦੋਂ ਪਿਛਲਾ ਪੀਰੀਅਡ ਸੀ ਉਦੋਂ ਤੁਹਾਡੇ ਤੋਂ ਕੋਈ ਸਰਿਆ ਬਣਿਆ ਨਹੀਂ ਜੀ ਸੋ ਇਹ ਸਾਰੀ ਜਿਵੇਂ ਫੀਲਡ ਨੈਗਰਸ ਐਂਡ ਹਾਊਸ ਨੈਗਰਸ ਨੇ ਮੈਲਕਮ ਐਕਸਨ ਨੇ ਡਿਸਕ੍ਰਾਈਬ ਕੀਤਾ ਹੋਇਆ ਵੀ ਗੁਲਾਮ ਨੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਗੁਲਾਮ ਨੇ ਇੱਕ ਸੂਟ ਬੂਟ ਪਾ ਕੇ ਘਰ 'ਚ ਹੁੰਦੇ ਨੇ ਉਹਨਾਂ ਨੂੰ ਖਾਣ ਪੀਣ ਨੂੰ ਪੂਰਾ ਮਿਲਦਾ ਹੈ ਉਹਨਾਂ ਦੇ ਮਾਸਟਰ ਵੱਲੋਂ ਜੀ ਤੇ ਉਹ ਵੀ ਆਪਣੇ ਮਾਸਟਰ ਦੇ ਹੀ ਗੁਣ ਗਾਂਦੇ ਨੇ ਉਹਨਾਂ ਨੂੰ ਇਹ ਯਾਦ ਨਹੀਂ ਹੁੰਦਾ ਵੀ ਅਸੀਂ ਗੁਲਾਮ ਹੈ ਸੋ ਇਹ ਇਸ ਕਿਸਮ ਦੇ ਹਾਊਸ ਨੈਗਰ ਨੇ ਜੀ ਡਾਕਟਰ ਸਾਹਿਬ ਇੱਥੇ ਹੁਣ ਅਸੀਂ ਬ੍ਰੇਕ ਲੈਨੇ ਆ ਵੇਅਰਸ ਤੁਸੀਂ ਸਾਡਾ ਪ੍ਰੋਗਰਾਮ ਇਸ ਸਮੇਂ ਆਜ ਕਰਾਈ ਦਰੋ ਮਿਲਦੀ ਹੈ ਅਪਡੇਟ ਸ਼ਾਰਟ ਬ੍ਰੇਕ